ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਚੱਲਿਆ ਜੀ ਮੈਂ ਲਾਇਸੈਂਸ ਦੀ ਜਿਹੜਾ ਵੀ ਟਰਾਈ ਦੇ ਸਿੱਖਣ ਚੱਲਿਆ ਵੀ ਗੱਡੀ ਕਿੱਦਾਂ ਕਾਨੂੰਨ ਅਨ ਕਾਇਦੇ ਵਿੱਚ ਰਹਿ ਕੇ ਵੀ ਗੱਡੀ ਕਿੱਦਾਂ ਚਲਾਉਣੀ ਹੈ, ਅਤੇ ਉਹੀ ਭਾਅ ਜੀ ਕੋਲ ਚੱਲਿਆ ਜਿਹੜਾ ਤੁਸੀਂ ਪਿੱਛੇ ਵੀਡੀਓ ਦੇਖ ਚੁੱਕੇ ਆ, ਅਤੇ ਉਹਨਾਂ ਨੇ ਬੁਲਾ ਲਿਆ ਕਹਿੰਦਾ ਵੀ ਇੱਕ ਦੋ ਤੁਹਾਨੂੰ ਗੱਲਾਂ ਦੱਸੂਗਾ ਜਦੋਂ ਤਾਂ ਟਰਾਈ ਦੇਣੀ ਹੈ। ਹਾਂ ਲਾਇਸੈਂਸ ਲੈਣ ਚੱਲੇ ਹਾਂ, ਉਹ ਤਾਂ ਦੂਜੇ ਤਾਂ ਲਿਖਤੀ ਅਤੇ ਲਿਖਤੀ ਟੈਸਟ ਤਾਂ ਮੈਂ ਕਰ ਲਿਆ ਪਾਸ, ਅਤੇ ਹੁਣ ਥੋੜ੍ਹਾ ਜਿਹਾ ਵੀ ਚਲਾਉਣ ਦਾ ਸਿੱਖਣਾ ਵੀ ਕਿਹਾ ਕਿੱਥੇ ਗੱਡੀ ਰੁਕਣੀ ਹੈ, ਕਿਤੇ ਵੈਸੇ ਪਤਾ ਵੀ ਹੈ ਤਾਂ ਮੈਨੂੰ ਕਾਫੀ ਪਤਾ ਲੱਗ ਚੁੱਕਿਆ, ਅਤੇ ਫਿਰ ਵੀ ਉਹ ਇੱਕ ਦੋ ਗੱਲਾਂ ਦੱਸੂਗਾ ਵੀ ਜਿਹੜੇ ਜਦੋਂ ਤੁਹਾਡੇ ਨਾਲ ਜਿਹੜਾ ਅਫਸਰ ਬੈਠੇ ਗੱਡੀ ਚਲਾਉਂਦਾ, ਜਿੱਦਾਂ ਮੈਂ ਗੱਡੀ ਚਲਾਊਂਗਾ ਮੇਰੇ ਨਾਲ ਇੱਦਾਂ ਬੰਦਾ ਬੈਠੂਗਾ, ਅਤੇ ਉਹ ਤਾਂ ਹਾਲੇ ਅਜੇ ਟਰਾਈ ਉਹ ਵੀ ਆਉਣ ਵਾਲੇ ਟਾਈਮ 'ਚ ਦੱਸੂਗਾ ਮੈਂ। ਅਤੇ ਇਹਦੇ ਤਿੰਨ ਕੈਟਾਗਰੀ ਹੁੰਦੀ ਲਾਇਸੈਂਸ ਦੇ ਇੱਥੇ, ਇੱਕ ਤਾਂ ਹੁੰਦੀ ਹੈ G1 G2, ਫਿਰ ਇਕੱਲਾ G ਬਣਦਾ, G3 ਨਹੀਂ ਬਣਦਾ, ਇਕੱਲਾ G ਬਣਦਾ, ਫਿਰ G ਪਹਿਲਾਂ ਜਦੋਂ ਹੁਣ ਜਿਹੜਾ ਮੇਰਾ ਬਣਿਆ ਉਹ G ਦੇ ਨਾਲ 1 ਲੱਗ ਗਿਆ, ਜਾਂ ਦੂਜਾ ਬਣਨਾ G2 ਬਣ ਜਾਣਾ, ਜਿਹੜਾ ਇਕੱਲਾ ਫਿਰ G ਰਹਿ ਜਾਂਦਾ ਜਿਹੜਾ ਅਸਲ ਬਣ ਜਾਂਦਾ 5 ਸਾਲ ਵਾਸਤੇ। ਦੇਖਦੇ ਹੁਣ ਟਰਾਈ ਉਹਦੀ ਲਾਉਣ ਵੀ ਅਸਲੇ ਜਿਹੜਾ 5 ਸਾਲ ਵਾਲੇ ਬਣ ਜਾਵੇ, ਅਤੇ ਜਦੋਂ ਕਿਤੇ ਇੱਥੇ ਆਈਏ ਅਤੇ ਗੱਡੀ ਚੱਕੀਏ ਅਤੇ ਘੁੰਮਣਾ ਘੁੰਮਾਏ ਫਿਰਾਏ ਕਰੀਏ, ਫਿਰ ਆਪਾਂ ਨੂੰ ਕੋਈ ਰੋਕ ਟੋਕ ਨਹੀਂ ਹੋਏ ਕਰੂਗੀ। ਚੱਲਦੇ ਹਾਂ ਭਾਜੀ ਕੋਲ, ਉਹ ਚੱਲਿਆ ਬੜੇ ਸੱਜਰੇ ਉੱਠੇ ਹੋਏ, ਨਹੀਂ ਤਾਂ ਸਾਡੀ ਆਦਤ ਬਹੁਤ ਵਿਗੜੀ ਹੋਈ ਸੀ। ਅਸੀਂ 11-12 ਵਜੇ ਉੱਠਦੇ ਟੌਰ ਹੁੰਦੀ, 10-11 ਵਜੇ ਉੱਠਦੇ ਟੌਰ ਨਾਲ, ਅੱਜ ਅਸੀਂ 7 ਵਜੇ ਦੇ ਉੱਠੇ ਹੋਏ ਹਾਂ। 7 ਵਜੇ ਉੱਠ ਕੇ ਅੱਗੇ ਤਾਂ ਭਾਜੀ 7 ਵਜੇ ਉੱਠ ਕੜਕਣਾ, 7-8 ਵਜੇ ਆਪਾਂ ਡੇਲੀ ਆਪਣਾ ਅਲਾਰਮ ਲੱਗਣਾ ਹੈਗਾ ਤਾਂ ਵਧੀਆ ਹੁੰਦਾ, ਪਰ ਕਈ ਵਾਰੀ ਹੁੰਦਾ ਵਗਣਾ ਲੇਟ, ਹਾਂ ਵੀ ਕੰਮ ਤਾਂ ਹੈ ਨਹੀਂ ਪੈਂਦੇ ਆਰਾਮ ਦੇ ਨਾਲ ਲੇਟ ਕਰਕੇ ਨਾ। ਮੈਂ ਤਾਂ ਅੱਗੇ ਕੱਲ੍ਹ 7 ਵਜੇ ਅਲਾਰਮ ਲਾ ਲਿਆ ਕਹਿੰਦਾ ਵੀ 7 ਵਜੇ ਉੱਠੇ ਕਰਨਾ ਆਪਣਾ, ਜਦੋਂ ਜਾਣਾ ਹੁੰਦਾ ਫਿਰ ਉੱਠਣਾ ਪੈਂਦਾ। ਜਿੱਦਾਂ ਕੋਈ ਇੱਦਾਂ ਕੰਮ ਪਰਸੋਂ ਜਿੱਦਾਂ ਮੈਂ ਲਾਇਸੈਂਸ ਬਣਾਉਣ, ਉਦਣ ਵੀ ਤਾਂ ਸਾਜਰੇ ਉੱਠੇ ਤੇ, ਫਿਰ ਜਲਦੀ ਉੱਠੇ ਤੇ, ਕੱਲ੍ਹ ਵੀ ਅਰਲੀ ਉੱਠ ਖੜੇ ਤੇ ਦਿਨ ਬਹੁਤ ਵੱਡਾ ਲੱਗਦਾ, ਦਿਨ ਫਿਰ ਬਹੁਤ ਵੱਡਾ ਲੱਗਦਾ। ਹੁਣ ਵੀ ਐਂ ਲੱਗਦਾ ਦਿਨ ਦੇ ਦੁਪਹਿਰ ਦੇ ਹੋਏ ਹੁੰਦੇ, ਅਤੇ ਸੁਬਹ ਦੇ ਟਾਈਮ ਹੋਇਆ ਹੋਇਆ 7:30-8 ਦਾ ਟਾਈਮ ਹੋਇਆ ਪਹਿਲਾਂ, ਜਿੱਦਾਂ ਸਵੇਰ ਤਾਂ ਪੂਰੀ ਧੁੱਪਾਂ ਖਿਲੀ ਪਈ ਆ, ਮੌਸਮ ਦਿਨ ਵੱਡੇ ਹੋਏ ਪਏ, ਦਿਨ ਵੱਡੇ ਬਹੁਤ ਵੱਡੇ ਦਿਨ ਆ ਇੱਥੇ ਤਾਂ, ਬਹੁਤ ਜ਼ਿਆਦਾ ਵੱਡੇ, ਜਿੰਨੀ ਕਹਿਣ ਦਾ ਭਾਵ ਵੀ ਸਵੇਰੇ 4-5 ਵਜੇ ਤੇ ਦਿਨ ਨਿਕਲਿਆ ਹੁੰਦਾ, ਸ਼ਾਮ ਨੂੰ 10-11 ਵਜੇ ਤੱਕ ਜਾ ਕੇ ਸਮਾਪਤੀ ਹੁੰਦੀ ਦਿਨ ਦੀ, ਐਡਾ ਵੱਡਾ ਦਿਨ ਹੈ। ਜੀ ਅਸੀਂ ਪਹੁੰਚ ਗਏ ਉੱਥੇ ਜਿੱਥੇ ਫਿਰ ਟਰਾਈਆਂ ਦਿੰਦੇ ਆ, ਆਹ ਜਗ੍ਹਾ ਪਰ ਆ ਲਾਈਨਾਂ ਲੱਗੀਆਂ ਟਰੱਕਾਂ ਵਾਲੇ, ਹੋਰ ਨਾਲ ਫਿਰ ਬੰਦਾ ਬੈਠ ਕੇ ਜਾਂਦਾ ਇੱਥੇ, ਆ ਕੇ ਭਾਅ ਜੀ ਆ ਸਾਹਮਣੇ ਸਾਡੀ ਵੇਟ ਕਰਦੇ, 5 ਮਿੰਟ ਲੇਟ ਹੈ। ਸੋਰੀ ਭਾਅ ਜੀ, ਬੁੱਲੇ ਭਾਅ ਜੀ ਨੂੰ ਸੋਰੀ ਭਾਅ ਜੀ, 5 ਮਿੰਟ ਲੇਟ ਹੋ ਗਏ ਅਸੀਂ, ਸੋਰੀ ਥੋੜੀ ਲੇਟਾਂ ਕਰਕੇ ਹੋ ਗਿਆ ਕਿ ਚੱਕਰ, ਨਹੀਂ ਤਾਂ ਵਧੀਆ ਵਧੀਆ ਵਧੀਆ। ਦੇਖੋ ਉਹ ਐਗਜ਼ਾਮੀਨਰ ਆਇਆ ਜੇ, ਅੱਛਾ ਠੀਕ ਹੈ ਨਾ, ਉਹ ਵੀ ਡਰਾਈਵਿੰਗ ਸਕੂਲ ਵਾਲਾ ਮੇਰੇ ਵਾਂਗੂ, ਅੱਛਾ, ਤੇ ਉਹ ਆ ਕੇ ਉਹਦਾ ਨਾਮ ਪੁੱਛੂਗਾ, ਹਾਂ ਡੇਟ ਆਫ ਬਰਥ ਪੁੱਛੂਗਾ, ਹਾਂ ਠੀਕ ਹੈ ਨਾ, ਹਾਂ ਫਿਰ ਉਹਦੇ ਕੋਲ ਆਈਪੈਡ ਜਿਹਾ ਇਹਦੇ ਉੱਤੇ ਸਾਈਨ ਕਰਾਏਗਾ, ਹਾਂ ਹਾਂ ਠੀਕ ਹੈ ਨਾ, ਫਿਰ ਗੱਡੀ ਦੀਆਂ ਲਾਈਟਾਂ ਲੂਟਾਂ ਚੈੱਕ ਕਰੇਗਾ, ਮਗਰ ਸਾਰਾ ਕੁਝ ਚੈੱਕ ਕਰੇਗਾ, ਅੱਛਾ ਜੀ, ਤੇ ਫਿਰ ਟੈਸਟ ਤੇ ਲੈ ਕੇ ਜਾਏਗਾ, ਫਿਰ ਟੈਸਟ ਤੇ ਲੈ ਕੇ ਜਾਊਗਾ, ਠੀਕ ਹੈ ਠੀਕ ਹੈ ਠੀਕ ਹੈ ਜੀ। ਚਲੋ ਇਹ ਕੰਮ ਇੰਨਾ ਹੈ, ਉਹ ਬੰਦਾ ਟੈਸਟ ਲੈਂਦਾ ਜਿਹੜਾ ਨੀਲੀ ਵਰਦੀ ਪਾਈ ਹੋਈ, ਠੀਕ ਹੈ ਠੀਕ ਹੈ ਠੀਕ ਹੈ ਠੀਕ। ਮੈਂ ਦੇਖ ਰਿਹਾ ਪੰਜਾਬੀ ਮੁੰਡੇ ਜ਼ਿਆਦਾ, ਪੰਜਾਬੀ ਮੁੰਡੇ ਜ਼ਿਆਦਾ ਟੈਸਟ ਦੇਣ ਆਏ ਹੋਏ ਆ, ਭੁੱਲ ਗਿਆ ਇੱਥੇ ਜਾ ਕੇ ਜਿਹੜਾ ਟੈਸਟ ਦਿੱਤਾ ਦਾ ਮੈਂ ਨਾ, ਇਹਦੇ ਬੈਕ ਸਾਈਡ ਆ ਸਕੂਲ, ਹੈ ਬੈਕ ਸਾਈਡ ਤੇ ਟੈਸਟ ਹੁੰਦੇ ਆ, ਬੈਕ ਸਾਈਡ ਦਾ ਟੈਸਟ ਹੁੰਦਾ, ਪਬਲਿਕ ਪਾਰਕਿੰਗ ਹੈ ਨਾ, ਆਪਾਂ ਪਬਲਿਕ ਪਾਰਕਿੰਗ ਨੂੰ ਡਿਸਟਰਬ ਨਹੀਂ ਕਰਦਾ, ਅੱਛਾ ਅੱਛਾ ਠੀਕ ਹੈ ਠੀਕ, ਟੈਸਟ ਵਾਲੇ ਉਹ ਪਿੱਛੇ ਆ, ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ। ਹਲੋ ਜੀ, ਹੁਣ ਮੇਰੀ ਟਰਾਈ ਸ਼ੁਰੂ ਹੋਣ ਲੱਗੀ ਆ, ਤੇ ਆਪਣੀ ਗੱਡੀ ਭਾਅ ਜੀ ਆ, ਅੱਛਾ ਮੈਂ ਉਧਰ ਬੈਠਾ ਔਰ ਮੈਂ ਗੱਡੀ ਚਲਾਉਂਗਾ, ਠੀਕ ਹੈ ਜੀ। ਲਓ ਜੀ ਸਿੱਧੇ ਡਰਾਈਵਰ ਸੀਟ ਤੇ ਬਿਠਾਲਦਾ ਭਾਅ ਜੀ ਨੇ। ਲਓ ਜੀ ਭਾਅ ਜੀ ਹੁਣ ਦੱਸਣਗੇ ਕਿਆ ਕੁਛ ਹਦਾਇਤਾਂ ਸਾਰੀਆਂ, ਤੇ ਸਭ ਤੋਂ ਪਹਿਲਾਂ ਭਾਅ ਜੀ ਆਪਾਂ ਗੱਡੀ 'ਚ ਬੈਠ, ਥੋੜ੍ਹੀ ਹੁਣ ਮੈਂ ਵੀ ਬੈਲਟ ਲਾਉਣੀ, ਸਭ ਤੋਂ ਪਹਿਲਾਂ ਸੀਟ ਐਡਜਸਟ ਕਰੋ ਤੇ ਆਹ 3 ਸ਼ੀਸ਼ੇ ਐਡਜਸਟ ਕਰੋ, ਅੱਛਾ 3 ਸ਼ੀਸ਼ੇ ਆਪਣੇ ਉਧਰ ਢੰਗ ਨਾਲ ਐਡਜਸਟ ਕਰ ਲੈ, ਠੀਕ ਹੈ ਜੀ, ਤੇ ਆਹ ਵੈਸੇ ਥੋੜ੍ਹਾ ਉੱਪਰ ਕਰਨੇ ਵਾਲਾ, ਓਕੇ ਉਹਨੂੰ ਪਹਿਲਾਂ ਐਲ ਉਧਰ ਨੂੰ ਕਰੋ, ਉਧਰ ਨੂੰ ਕਰ, ਫਿਰ ਉੱਪਰ ਨੂੰ ਉਹਨੂੰ ਇਦਾਂ ਹਿਲਾਓ, ਹਾਂ ਠੀਕ ਹੈ, ਇਹ ਵੀ ਇਹ ਕਰ ਲਓ, ਠੀਕ ਹੈ ਠੀਕ ਹੈ, ਸ਼ੀਸ਼ਾ ਬੈਕ ਵਾਲਾ, ਬੈਕ ਵਾਲਾ ਸ਼ੀਸ਼ਾ ਸੈੱਟ ਕਰਨਾ ਹੈ ਨਾ, ਹਾਂਜੀ ਜੀ, ਆ ਬੈਕ ਵਾਲਾ ਗੱਲ ਹੈ, ਹੁਣ ਜਿਹੜੀ ਕਿ ਮੈਨੂੰ ਇੱਧਰ ਵੀ ਦਿਖ ਰਿਹਾ, ਇੱਧਰ ਵੀ ਦਿਖ ਰਿਹਾ, ਉਹ ਸ਼ੀਸ਼ਾ ਵੀ ਸਾਹਮਣੇ ਦਿਖ ਰਿਹਾ, ਠੀਕ ਹੈ ਜੀ, ਕਰੋ ਵਾਈਪਰ ਚਲਾਓ, ਇਧਰੋਂ ਵਾਈਪਰ ਚੱਲਦੇ ਆ, ਹੁਣ ਬੰਦ ਕਰ ਲਓ ਇਹਨੂੰ,
ਬਾਕੀ ਰੇਡੀਓ ਸਿਸਟਮ ਕਰਦੇ ਸ਼ੁਰੂ ਵਾਹਿਗੁਰੂ ਸਤਨਾਮ ਸੱਚਾ ਪਾਤਸ਼ਾਹ। ਤੇ ਇਹ ਹੁਣ ਮੈਨੂੰ ਪੈਂਦਾ ਵੀ ਇਹ ਸੱਜੇ ਥੋੜੇ ਦਿਮਾਗ ਚ ਇਹ ਰੱਖਣਾ ਪੈਂਦਾ। ਦੇਖੋ ਜਿਹੜੀ ਵੀ ਰੋਡ ਹੁੰਦੀ ਹੈ ਨਾ, ਇੰਡੀਆ ਚ ਵੀ ਡਰਾਈਵਰ ਗੱਬੇ ਰਹਿੰਦਾ, ਇਹਦੇ ਚ ਵੀ ਡਰਾਈਵਰ ਨੇ ਮਿਡਲ ਚ ਰਹਿਣਾ। ਮਿਡਲ ਚ ਰਹਿਣਾ, ਇਹਦੇ ਚ ਐਸ ਨਾ ਹੱਥ ਰਹਿਣਾ ਤੇ ਤੁਸੀਂ ਮਿਡਲ ਚ ਆ ਜਾਣਾ। ਇੰਡੀਆ ਚ ਸਟੀਅਰਿੰਗ ਇੱਥੇ ਹੁੰਦਾ ਤੇ ਗੱਡੀ ਇੱਧਰ ਨੂੰ ਹੁੰਦੀ ਹੈ ਤੇ ਤਾਂ ਵੀ ਮੈਂ ਡਰਾਈਵਰ ਮਿਡਲ ਚ। ਮਿਡਲ ਚ ਬਸ ਗੱਬੇ ਰਹਿਣਾ, ਜਿਹੜੀ ਇੱਕ ਜਿਹੜੀ ਪਿੜੀ ਪੱਟੀ ਥੋੜਾ ਜਿਹਾ ਭੁਲੇਖਾ ਪੈਣਾ ਤੁਹਾਨੂੰ। ਮੈਂ ਜਿਹੜਾ ਮੈਂ ਉੱਥੇ ਮੇਰੇ ਆਪਣਾ ਕੀ ਕਹਿੰਦੇ ਹੁੰਦੇ ਸੀ ਆਪਣਾ ਵੈਨਕੂਵਰ ਸੀ, ਮੈਨੂੰ ਉਹਨੂੰ ਗੱਡੀ ਚਲਾਉਂਦਾ ਸੀ ਮੈਂ। ਉਹ ਕਹਿੰਦੇ ਜਿਹੜੀ ਪਿਲੀ ਪੱਟੀ ਹੈ, ਪਿਲੀ ਪੱਟੀ ਦੇ ਨਾਲ ਤੁਹਾਡਾ ਆਹ ਹੋਣੀ ਚਾਹੀਦੀ, ਪਿਲੀ ਪੱਟੀ ਨਾਲ ਤੁਸੀਂ ਗੱਡੀ ਚਲਾਓਗੇ, ਨਾਲ ਨਾਲ ਚਲਾਓ। ਹਾਂ ਓਕੇ, ਪਹਿਲਾਂ ਬ੍ਰੇਕ ਤੇ ਪ੍ਰੈਸ ਕਰੋ, ਆਪਣੀ ਰੇਸ ਹੋ ਗਈ, ਆਪਣੀ ਬ੍ਰੇਕ ਹੋ ਗਈ। ਸਨ ਆ ਬ੍ਰੇਕ ਹੈ, ਪਹਿਲਾਂ ਬ੍ਰੇਕ ਦੱਬ ਕੇ ਬਟਨ ਦੱਬ ਲਓ। ਓਕੇ, ਡਰਾਈਵ 'ਚ ਕਰ ਲਓ, ਜਿੱਦਾਂ ਨੂੰ ਜਾਣਾ ਸਿਗਨਲ ਦਿਓ। ਇੱਕ ਵਾਰੀ ਗੱਡੀ ਦੇ ਆਲੇ ਦੁਆਲੇ ਮਾੜੀ ਜਿਹੀ ਨਿਗਾਹ ਮਾਰ ਲਓ ਸਾਰੇ ਪਾਸੇ। ਓਕੇ, ਫਿਰ ਬ੍ਰੇਕ ਛੱਡੋ ਥੋੜ੍ਹੀ ਜਿਹੀ, ਖੋਲ੍ਹੀ ਜੀ, ਛੱਡ ਲਓ, ਉੱਧਰ ਨੂੰ ਰੱਖਣੀ ਗੱਡੀ ਥੋੜ੍ਹੀ ਜਿਹੀ, ਉੱਥੇ ਪੰਜ ਪਾਸ, ਠੀਕ ਹੈ। ਆਹ ਜਿਹੜੇ ਵਾਕ ਕਰ ਰਹੇ ਇਹਨਾਂ ਦੇਖੋ, ਔਰ ਮੈਂ ਤਾਂ ਦੇਣਾ ਨਹੀਂ ਹੈਗਾ। ਫਿਰ ਉੱਧਰ ਨੂੰ ਜਾਣਾ ਆਪਾਂ ਸਿਗਨਲ ਦੇ ਦੇਣਾ ਰਾਈਟ, ਭਾਜੀ ਜਾਂਦੇ ਆ ਉਦੋਂ ਜੇ ਕੋਈ ਗੱਡੀ ਆਉਂਦੀ ਹੈ ਉਹਦਾ ਰਾਈਟ ਪਹਿਲਾਂ ਆ, ਉਹਨੂੰ ਆਪਾਂ ਜਿਹੜਾ ਦੇਖ ਕੇ ਫਿਰ ਜਾਣਾ ਹੈ। ਇਹ ਚੀਜ਼ਾਂ ਦੇਖਣੀਆਂ, ਕੋਈ ਪਹਿਲਾਂ ਦੂਜੇ ਨੇ ਜਾਣਾ ਕਿ ਪਹਿਲਾਂ ਅਸੀਂ ਜਾਣਾ। ਅੱਛਾ, ਮੇਨ ਡਰਾਈਵਿੰਗ ਹੈ ਜੀ ਇੱਥੋਂ ਦੀ, ਉਹ ਜਿਹੜਾ ਆਪਣਾ ਅੱਗੇ ਦੇ। ਹੁਣ ਅਸੀਂ ਗੱਡੀ ਚਲਾ ਰਹੇ ਹਾਂ ਅਤੇ ਭਾਜੀ ਮੇਰੇ ਨਾਲ ਬੈਠੇ, ਪੈਸੇ ਹੁਣ ਅਸੀਂ ਵੀਡੀਓ ਬੰਦ ਕਰ ਦੇਣੀ, ਬਾਕੀ ਮੈਂ ਬਾਅਦ 'ਚ ਦੱਸਦਾ ਸਾਰੀਆਂ ਚੀਜ਼ਾਂ। ਗੱਡੀ ਚਲਾ ਕੇ ਆਏ ਹਾਂ ਕਿ ਗੱਡੀ ਮੈਂ ਤਾਂ ਵੀਡੀਓ ਪਹਿਲਾਂ ਬੰਦਾ ਸੀ ਪਿੱਛੇ ਬਿਠਾਉਣਾ, ਚਲੋ ਹੁਣ ਅਗਲੀ ਵਾਰ ਕਰਾਂਗੇ ਜਾਂ ਅਗਲੀ ਵਾਰ ਆਉਂਗੇ, ਹੁਣ ਦਿਖਾਵਾਂਗੇ ਭਾਜੀ ਕਿੱਦਾਂ ਦਾ ਮੈਨੂੰ ਲੱਗਿਆ ਵੀ ਗੱਡੀ ਹੈ। ਕੁਝ ਪਹਿਲੀ ਵਿਕਟ 'ਚ ਕਰੂੰ, ਦੂਜੇ ਕਰ ਜੂੰਗਾ। ਨਹੀਂ, ਪਹਿਲੀ ਵਾਰੀ ਕਰੋਗੇ, ਵਧੀਆ ਗੱਡੀ ਚਲਾਉਂਦਾ ਹੈ ਉਹ, ਥੋੜ੍ਹੀ ਜਿਹੀ ਆਬਜ਼ਰਵੇਸ਼ਨ ਕਰਨ ਦਾ। ਇੱਕ ਚੀਜ਼ ਮੈਂ ਇਹ ਦੱਸ ਦਿੰਦਾ, ਮੈਨੂੰ ਜਿਹੜੀ ਹੁਣ ਇੱਥੇ ਜ਼ਿਆਦਾ ਇੱਕ ਫੀਲ ਹੋ, ਇੱਥੇ ਸਾਰੀਆਂ ਗੱਡੀਆਂ ਆਟੋ ਹੈ, ਕਿ ਆਪਣੇ ਇੰਡੀਆ ਦੇ 'ਚ ਗੱਡੀਆਂ ਸਾਰੀ ਦੂਜੀਆਂ ਗੇਅਰਾਂ ਵਾਲੀਆਂ, ਇੱਥੇ 99% 99% ਗੱਡੀਆਂ ਆਟੋ ਹੈ। ਜੇ ਤੁਸੀਂ ਇੱਥੇ ਆਉਣਾ, ਜਿਹੜੇ ਬੰਦੇ ਇੰਡੀਆ ਤੋਂ ਆ ਰਹੇ ਆ, ਆਟੋ ਗੱਡੀ ਦੀ ਟਰਾਈ ਲੈ ਕੇ ਆਇਓ, ਜੇ ਪੋਸੀਬਲ ਹੈਗਾ। ਚੱਲ ਵੈਸੇ ਉਹਦੇ ਨਾਲ ਵੀ ਜਾਣਾ, ਫਿਰ ਤੁਹਾਨੂੰ ਗੱਡੀ ਉਹ ਚਲਾ ਕੇ ਤੁਰ ਜਾ, ਉਹਦੇ ਹੱਥ ਬਹੁਤ ਔਖਾ ਕਿ ਆਪਾਂ ਨੂੰ ਗੇਅਰ ਦੀ ਆਦਤ ਪਈ ਹੁੰਦੀ ਗੇਅਰ ਪਾਉਣ ਦੀ, ਇੱਧਰ ਆਪਣਾ ਹੱਥ ਗੇਅਰ ਬਣ ਜਾਊਗਾ ਉਲਟਾ, ਵੀ ਹੁਣ ਰੇਸ ਦੇ ਗੇਅਰ ਦੂਜਾ ਵਾਵਾਂ ਤੀਜਾ ਵਾਵਾਂ। ਹੁਣ ਮੈਨੂੰ ਥਾਰ ਦਾ ਫਾਇਦਾ ਹੋ ਗਿਆ ਭਾਅ ਜੀ, ਹਾਂਜੀ ਥਾਰ ਮੇਰੇ ਗੱਡੀ ਆਟੋ ਸੀ, ਉਹਦੇ ਕਾਰਨ ਮੈਨੂੰ ਬਹੁਤ ਜ਼ਿਆਦਾ ਫਾਇਦਾ ਹੋ ਗਿਆ, ਵੀ ਗੇਅਰ ਦਾ ਭੁੱਲ ਗਿਆ ਸਾਰਾ ਕੁਝ, ਮੈਂ ਸਿਰਫ ਰੇਸ ਬ੍ਰੇਕ ਰੇਸ ਬ੍ਰੇਕ ਰੇਸ ਬ੍ਰੇਕ। ਜਿਹੜੇ ਬੰਦੇ ਨੇ ਆਉਣਾ, ਮੈਂ ਫੇਰ ਕਹਿੰਦਾ ਵਾਰ ਵਾਰ, ਆਪਣੀ ਆਟੋ ਗੱਡੀ ਦੀ ਟਰਾਈ ਲੈ ਕੇ ਆਇਓ ਇੱਥੇ, ਬਸ ਇੰਨਾ ਕੰਮ, ਕੋਈ ਐਡਾ ਹੀ ਬੜੀ ਗੱਲ ਨਹੀਂ ਹੈਗੀ। ਅਤੇ ਭਾਅ ਜੀ ਦਾ ਫਿਰ ਇੱਕ ਵਾਰੀ ਮੈਂ ਫਿਰ ਇੱਕ ਵਾਰ ਕਹਿ ਦਿੰਦਾ, ਸਿਰਫ ਜਿਹੜੇ ਇੱਥੇ ਬ੍ਰੈਂਪਟਨ ਵਾਲੇ ਆ, ਬ੍ਰੈਂਪਟਨ ਹੋਏ, ਟੋਰਾਂਟੋ ਵਾਲੇ, ਹੋਰ ਕਿਹੜੇ ਭਾਅ ਜੀ ਕਿਹੜੇ ਜਿਹੜੇ ਨੇੜੇ ਪੈ ਜਾਂਦੇ ਆਪਣੇ, ਬ੍ਰੈਂਪਟਨ ਅਤੇ ਮੇਸਾਗਾ ਮਾਲਟਨ। ਹਾਂਜੀ ਹਾਂਜੀ, ਇਹ ਬੰਦੇ ਸੰਪਰਕ ਕਰਨ ਭਾਅ ਜੀ ਨੂੰ, ਅਤੇ ਭਾਅ ਜੀ ਆਪਣਾ ਨੰਬਰ ਦੱਸ ਦਿਓ ਫਿਰ ਇੱਕ ਵਾਰੀ। ਨੰਬਰ ਆਪਣਾ 416-738-3722। ਭਾਅ ਜੀ ਟਰੱਕ ਦਾ ਵੀ ਕਰਵਾ ਦਿੰਦੇ ਆ? ਟਰੱਕ ਦੇ ਮੇਰੇ ਹੈਗੇ ਆ, ਫਰੈਂਡ ਹੈਗੇ ਆ, ਮੈਂ ਰਤ ਨਹੀਂ ਹੈ। ਅੱਛਾ, ਉਹਨਾਂ ਭਾਜੀ ਦੇ ਫਰੈਂਡ ਹੈਗੇ, ਜੇ ਕਿਸੇ ਟਰੱਕ ਦੇ ਵੇਖਣ ਉਹ ਵੀ ਕੰਟੈਕਟ ਕਰ ਸਕਦੇ ਆ ਈਜ਼ੀ। ਅਤੇ ਭਾਅ ਜੀ ਦੀ ਆਪਣੀ ਜੋ ਫੀਸ ਆ ਤੁਸੀਂ ਆਪ ਆਪਣੀ ਡੀਲ ਕਰ ਲਓ, ਜਿਹੜਾ ਮੇਰੇ ਥਰੂ ਵੀਡੀਓ ਦੇਖ ਕੇ ਕਾਲ ਕਰੋਗੇ ਭਾਅ ਜੀ ਥੋੜ੍ਹੀ ਬਹੁਤ ਸ਼ੋਰਟ ਕਰ ਦਿਓ। ਜ਼ਰੂਰ ਜੀ, ਹਾਂ ਠੀਕ ਹੈ ਜੀ। ਆਹ ਦੇਖ ਲਓ ਜੀ, ਆਹ ਡਰਾਈਵਿੰਗ ਸਕੂਲ ਵਾਲਾ, ਆ ਜੀ ਭਾਅ ਜੀ ਦਾ ਆਹ ਨੰਬਰ ਹੀ ਭਾਅ ਜੀ ਨੇ, ਇਹ ਲਾਇਆ ਨਹੀਂ ਭਾਅ ਜੀ ਨੇ ਉੱਪਰ, ਚਲੋ ਕੋਈ ਨਹੀਂ। ਹਾਂ ਆ ਗਏ ਭਾਅ ਜੀ ਉੱਧਰ, ਭਾਅ ਜੀ ਫੜਾਓ ਗੱਡੀ, ਹੁਣ ਗੱਡੀ ਮੈਂ ਲੈ ਕੇ ਜਾਣੀ ਘਰ ਨੂੰ। ਚਲੋ ਬਾਕੀ ਨੇ ਭਾਜੀ, ਭਾਜੀ ਨੇ ਬਹੁਤ ਵਧੀਆ ਗਾਈਡ ਕੀਤਾ, ਤੇ ਆਪਣਾ ਪੇਪਰ ਆ ਜਾਵੇ ਫਿਰ ਆਪਾਂ ਟਰਾਈ ਦੇ ਜੀ ਟੂ ਦੀ ਦੇ ਦੇਣੀ ਆਪਣਾ ਟਰਾਈ ਫਿਰ। ਹਾਂ ਦੇ ਸਕਦੇ, ਹਾਂ ਨਹੀਂ ਫਿਰ ਕਹਿੰਦੇ ਸੀ ਵੀ ਦੁਬਾਰਾ ਫਿਰ ਸੇਮ ਪ੍ਰੋਸੈਸ ਜਿਹੜਾ ਆਪਾਂ।
ਮੈਂ 20 ਤਰੀਕ ਦਾ ਫਿਰ ਆਪਣਾ ਉਧਰ ਹੀ ਬਣਦਾ ਨਾ ਪ੍ਰੋਗਰਾਮ। ਗੱਡੀ ਚਲਾਈ ਫਿਰ ਅੱਜ ਪੂਰੀ ਹੈ ਨਾ। ਅੱਜ ਕੋਈ ਡਰ ਨਹੀਂ ਹੈਗਾ, ਵੈਸੇ ਬੰਦਾ ਇਹ ਸਕੂਲ ਵਾਲਾ ਨਾਲ ਸੀ, ਕਹਿੰਦਾ ਸਾਨੂੰ ਥੋੜੇ ਬਹੁਤੇ ਲਾਓ ਪਤਾ ਹੁੰਦਾ ਵੀ ਕਿੱਥੇ ਕਿਆ ਕੁਛ ਹੈ, ਤੇ ਬਹੁਤ ਵਧੀਆ ਗੱਡੀ ਚਲਾਉਣੀ ਦੱਸੀ ਹੈ। ਜਿੱਦ ਆਪਣੇ ਘੈਂਟ ਆ ਬੰਦਾ, ਇਹਨਾਂ ਦਾ ਫਿਰ ਰੋਜ਼ ਦਾ ਕੰਮ ਹੁਣ ਇਹਨਾਂ ਰੋਜ਼ ਦਾ ਕੰਮ ਹੈ। ਹਾਂਜੀ, ਜਿਹੜਾ ਉੱਥੇ ਇੱਕ ਜਗ੍ਹਾ ਜਿੱਥੇ ਨਾ ਉਤਰਾਈ ਆ, ਹਾਂਜੀ, ਉੱਥੇ ਕਹਿੰਦਾ ਕਈ ਬੰਦਾ ਕਹਿੰਦਾ ਵੀ ਗੱਡੀ ਇੱਧਰ ਉੱਧਰ ਕਰ, ਹਾਂਜੀ, ਉੱਥੇ ਆਟੋਮੈਟਿਕ ਗੱਡੀ ਸਪੀਡ ਵੱਧ ਜਾਂਦੀ ਆ ਉਤਰਾਈ ਪਰ। ਹਾਂਜੀ, ਇਹ ਚੀਜ਼ ਦੀ ਬਹੁਤ ਗੌਰ ਰੱਖਣੀ ਹੈ। ਹਾਂਜੀ, ਅਤੇ ਮੈਂ ਤੁਹਾਨੂੰ ਦੱਸਦਾ ਵਿੱਚ ਸਮਝਾਉਂਦਾ ਵੀ ਕਿੱਦਾਂ ਕਿਆ ਚੱਕਰ ਹੈ। ਜਿਹੜਾ ਨਾਲ ਬੰਦਾ ਬੈਠਦਾ ਨਾ ਭਾਜੀ, ਭੁੱਲ ਜਾਂਦੇ ਉਸ ਹਿਸਾਬ ਨਾਲ ਜਿੱਥੇ, ਤੇ ਕਹਿੰਦਾ ਹੁਣ ਇੱਧਰ ਨੂੰ ਪੈਸੇ ਪਾਉਂਦੇ ਨਹੀਂ ਹੈਗੇ, ਬਾਈ ਦੇਵੇ ਗੱਡੀ ਉਹ ਪਾ ਲਵੇ। ਹਾਂਜੀ, ਤੇ ਜਦੋਂ ਗੱਡੀ ਥੱਲੇ ਨੂੰ ਉਤਰਦੀ ਆ, ਹਾਂਜੀ, ਉਹਨਾਂ ਨੇ ਗੱਡੀ ਪਰਲੇ ਪਾਸੇ ਕਰ, ਫਿਰ ਆਪਣੇ ਸਿਗਨਲ ਦੇ ਕੇ ਗੱਡੀ ਪਰਲੇ ਪਾਸੇ ਕਰਨੀ, ਆਟੋਮੈਟਿਕਲੀ ਗੱਡੀ 50 ਤੋਂ 60 ਤੱਕ ਚਲੀ ਜਾਂਦੀ ਜਿਹੜੇ ਫਿਲ ਕਰ ਦਿੰਦੇ ਰੱਖਣਾ। ਦੇਖ ਥੋੜ੍ਹੀ ਜਿਹੀ ਕਹਿੰਦਾ ਵੀ ਜਦ ਤਾਂ ਆਪਾਂ ਗੱਡੀ ਚਲਾਉਣਾ ਥੋੜ੍ਹਾ ਆਹ ਚੀਜ਼ ਦੇਖਣੀ ਸਾਈਡ ਨੂੰ, ਮੈਂ ਜੋ ਅਸੀਸਾਂ 'ਚ ਦੇਖੀ ਗਿਆ ਮੈਂ ਥੋੜ੍ਹੀ ਜਿਹੀ ਆਹ ਜਿੱਦਾਂ ਤੁਹਾਡੇ ਦੇਖਦੇ ਵੀ ਆਹ ਕਿੱਧਰ ਜਾਂਦਾ ਕਿੱਧਰ ਜਾਂਦਾ ਆਹ, ਤੇ ਆਹ ਤਿੰਨੇ ਚੀਜ਼ਾਂ ਉਦੀ ਵੀ ਕਮਾਈ ਜਾਣੀਆਂ ਵਾ ਵੀ ਥੋੜ੍ਹੇ ਸਕਿੰਟਾਂ ਬਾਅਦ ਹੀ। ਚਲੋ ਬਾਕੀ ਦੇਖਦੇ ਹਾਂ ਹੁਣ। ਹਾਂਜੀ, ਮਿਲ ਜੂ ਕਹਿੰਦਾ। ਹਾਂਜੀ, ਆਹੋ ਜੀ ਕਹਿੰਦਾ ਵੀ ਤੈਂ ਗੱਡੀ ਚਲਾਈ ਹੋਈ ਨਾ। ਹਾਂਜੀ, ਇੱਕ ਗੱਡੀ ਮੈਂ ਇੰਡੀਆ ਆਟੋ ਚਲਾ ਲਈ ਤੇ ਨਾ ਉਹਦਾ ਫਰਕ ਜ਼ਿਆਦਾ ਪਿਆ। ਜੇ ਮੈਂ ਗੇਰਾਂ ਨਹੀਂ ਚਲਾਈ ਮੈਨੂੰ ਬਹੁਤ ਔਖਾ ਦੇ ਕੰਟਰੋਲ ਹੈਗੇ ਪਹਿਲਾਂ ਚ ਇੱਥੇ ਕੰਟਰੋਲ ਰੱਖੇ ਕੰਟਰੋਲ ਹੈ ਤੇ ਇੱਥੇ ਸ਼ੀਸ਼ਾ ਵੀ ਲੱਗਾ ਚਾਰੇ ਪਾਸੇ ਦੇਖਦਾ ਮੈਂ 2 ਵਾਰੀ ਬ੍ਰੇਕਾਂ ਮਰੀ ਮੈਂ ਗੱਡੀ ਆਪੇ ਰੁਕੂ ਵੀ ਦੀ ਮੈਂ ਦੇਖਿਆ ਕਹਿੰਦਾ ਬ੍ਰੇਕਾਂ ਮੇਰੇ ਕੋਲ ਪੈਰਾਂ ਉਹਦੇ ਪੈਰਾਂ 'ਚ ਬ੍ਰੇਕਾਂ ਦੀਆਂ ਡਬਲ ਹੁੰਦਾ ਸਾਰਾ ਨਹੀਂ ਤਾਂ ਕਈ ਜਾਣੇ ਘਬਰਾ ਜਾਂਦੇ ਆ ਘਬਰਾ ਜਾਂਦੇ ਬ੍ਰੇਕ ਦੀ ਜਗ੍ਹਾ ਤੇ ਕਈ ਵਾਰੀ ਐਕਸੀਡੈਂਟ ਦੇ ਪੈਰ ਦੇ ਜਾਂਦੇ ਆ ਪੂਰਾ ਰੱਖਣਾ G2 'ਚ ਮੈਂ ਇਕੱਲਾ ਗੱਡੀ ਚਲਾ ਸਕਦਾ ਹਾਂਜੀ ਤੇ G2 'ਚ ਮੈਂ ਇਕੱਲਾ ਗੱਡੀ ਚਲਾ ਸਕਦਾ ਜਿਹੜੇ G2 ਲਾਇਸੈਂਸੇ ਹੁਣ ਜਿਹੜੇ ਬਣ ਗਏ ਆਪਣਾ ਉਸ ਦੇ ਵਿੱਚ ਫਿਰ ਰਿਸਪੋਂਸੀਬਿਲਟੀ ਇਹ ਹੁੰਦੀ ਵੀ ਜਿਹੜੇ ਤਾਂ ਬੰਦੇ ਨਾਲ ਮੇਰੇ ਬੈਠੇ ਰਿਸਪੋਂਸੀਬਿਲਟੀ ਮੇਰੀ ਬੈਲਟ ਲਵਾਉਣ ਦੀ ਲੈਂਦੇ ਹਾਂਜੀ G2 ਦੇ ਵਿੱਚ ਫਿਰ ਉਹ ਹੋ ਗਿਆ ਸਿਗਨਲ ਹੋ ਗਿਆ ਚਾਬੀ ਫੜਨ ਨਹੀਂ ਰਹੀ ਕੈਚ ਨਹੀਂ ਕਰ ਰਹੀ ਸਾਡੀ ਆ ਹੋ ਜਾ ਸਟਾਰਟ ਜਣਾ ਬੈਟਰੀ ਚੇਂਜ ਕੀਤੀ ਹੈ ਉਸ ਸਹੀ ਕਰ ਗਈ ਇਹ ਤਾਂ ਚਾਬੀ ਨਾਲ ਹੁੰਦੀ ਭਾਜੀ ਹਾਂ ਸਿਰਫ ਐਂ ਲਾ ਕੇ ਕਰਦੀ ਹੈ ਅੱਛਾ ਸੈਂਸ ਕਰਕੇ ਹੁਣ ਸੈਂਸ ਕੀਤੀ ਅੱਛਾ ਹੁਣ ਚੱਲੂਗੀ ਇਹ ਵੀ ਚੱਕਰ ਚਾਬੀ ਡੱਡ ਤਾਂ ਬੰਦਾ ਡੱਡ ਹੈ ਜੇ ਚਾਬੀ ਖਰਾਬ ਹੋ ਗਈ ਗੱਡੀ ਨਹੀਂ ਸਟਾਰਟ ਹੋਣੀ ਹੈਗੀ ਇਹ ਵੀ ਹੋਗਾ ਲਓ ਬਈ ਹੁਣ ਤਾਂ ਲੱਗੀ ਭੁੱਖ ਲਿਆ ਵੀ ਰੋਟੀ ਫਿਰ ਰੋਟੀ ਲੱਗੇ ਬਣਨ ਫਿਰ ਹਾਂਜੀ ਟਰਾਈ ਦੇ ਦਿੱਤੀ ਇੱਥੇ ਮੈਨੂੰ ਇੱਕ ਚੀਜ਼ ਬਹੁਤ ਵਧੀਆ ਲੱਗੀ ਆ ਰੋਟੀ ਸੇਕਣ ਵਾਲਾ ਆਪਣੇ ਚਿਮਟੇ ਨਾਲ ਸੇਕਦੇ ਉੱਥੇ ਨਾ ਹਾਂ ਜਿੱਦਾਂ ਜਿੱਦਾਂ ਪਕਾ ਲਓ ਦੋਨਾਂ ਸਾਈਡ 'ਤੇ ਥੱਲ ਕੇ ਫਿਰ ਇੱਦਾਂ ਦੱਬ ਲਓ ਵੀ ਹੱਥ ਜਲ ਲੈਂਦੇ ਉਹਨੂੰ ਵਧੀਆ ਲੱਗਿਆ ਮੇਰੀ ਚੀਜ਼ ਇਹ ਭਿੰਡੀਆਂ ਦੀ ਸਬਜ਼ੀ ਨਾਲ ਅਚਾਰ ਕਮਾਲ ਕਰਤੀ ਭਾਜੀ ਅੱਜ ਤਾਂ ਲਿਆ ਭਾਈ ਰੋਟੀਆਂ ਫਿਰ ਕਾਲੀ ਮਿਰਚ ਦਿਓ ਕਾਲੀ ਮਿਰਚ